ਸਤਿ ਸ਼੍ਰੀ ਅਕਾਲ ਵੀਰ ਜੀ, ਸਾਰੇ ਵੀਰਾਂ ਨੂੰ ਸੰਦੀਪ ਡੇਅਰੀ ਫਾਰਮ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ। ਵੀਰ ਜੀ, ਅੱਜ ਆਪਣੀ ਵਿਜਿਟ ਹੈਗੀ ਆ ਪਿੰਡ ਭੂਮਾ, ਜ਼ਿਲ੍ਹਾ ਅੰਮ੍ਰਿਤਸਰ ਪੈਂਦਾ ਜੀ, ਤਹਿਸੀਲ ਮਜੀਠਾ। ਮਾਣੇ ਵੀਰ ਕੋਲ ਆ ਚੁੱਕੇ ਜੀ ਆਪਾਂ। ਅੱਜ ਵੀਰ ਤਿੰਨ ਚਾਰ ਲਗਭਗ ਪਸ਼ੂ ਸੇਲ ਆ, ਅਤੇ ਆਉਣ ਵੀਰ ਨਾਲ ਗੱਲਬਾਤ ਕਰੀਏ ਇੰਨਾ ਪ੍ਰਾਈਜ਼ ਕੀ ਆ ਅਤੇ ਕੀ ਮਿਲਕ ਰਿਕੋਰਡ ਆ। ਉਸ ਤੋਂ ਪਹਿਲਾਂ ਵੀਰ ਜੀ, ਰਿਕੁਐਸਟ ਕਰਾਂ ਤੋਂ ਪਹਿਲਾਂ ਇੱਥੇ ਚੁਆਈ ਕਰੋ, ਪਾਸ ਕਰੋ, ਪੂਰੀ ਤਸੱਲੀ ਨਾਲ ਖਰੀਦੋ। ਵਾਰ ਵਾਰ ਜੀ ਇਹ ਬੇਨਤੀ ਕਰ ਦਿੰਦੇ ਤੁਹਾਡੇ ਅੱਗੇ ਕਿ ਚੁਆਈ ਜ਼ਰੂਰ ਕਰੋ, ਨਾਲ ਵੀਡੀਓ ਵੱਧ ਸ਼ੇਅਰ ਕਰਦਿਆ ਕਰੋ, ਫਿਰ ਅਗਾਂਹ ਵੀ ਕਿਸੇ ਵੀਰ ਦਾ ਫਾਇਦਾ ਹੋ ਸਕੇ। ਹੁਣ ਆਪਾਂ ਬਾਈ ਜੀ ਨਾਲ ਗੱਲਬਾਤ ਕਰੀਏ। ਬਾਈ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਵੀਰ ਜੀ, ਕੀ ਹਾਲ ਚਾਲ? ਹੋਰ ਮਾਣਾ ਜੀ, ਕਿੱਦਾਂ ਜੀ? ਵਧੀਆ ਠੀਕ ਠਾਕ। ਵਧੀਆ ਚੱਲੇ ਕੰਮ? ਹਾਂਜੀ, ਕੰਮ ਚੱਲੀ ਜਾਂਦਾ ਵੀਰ। ਚਲੋ ਚਲੋ, ਵਧੀਆ ਚਾਹੀਦਾ ਜੀ। ਅੱਜ ਫਿਰ ਕਿੰਨੇ ਜੀ? ਮਈਆਂ ਵੀਰ, ਅੱਜ ਤੁਸੀਂ ਲਾਗੇ ਆਏ ਹੋ, ਡੰਗਰ ਤਿੰਨ ਕੁ ਸੀ, ਹਾਂਜੀ, ਕੱਲ ਫਿਰ ਆਇਆ ਨਹੀਂ ਗਿਆ, ਲੇਟ ਹੋ ਗਏ। ਬਾਹਰ ਮੌਸਮ ਬੜਾ। ਹਾਂਜੀ ਹਾਂਜੀ, ਬਿਲਕੁਲ ਜੀ, ਹਾਂਜੀ। ਚਲੋ, ਤਿੰਨ ਹੀ ਜੀ ਅੱਜ? ਤਿੰਨ ਹੀ ਜੀ। ਚਲੋ, ਇਹਦੇ ਬਾਰੇ ਦੱਸੋ ਫਿਰ। ਇਹ ਮਈ ਵੀਰ ਸੋਈ, ਅੱਜ ਤੱਜਾ ਦੇਣੇ ਆ। ਹਾਂਜੀ, ਕੱਟਾ ਮਗਰ ਜੀ, ਬੱਚਾ ਨਾੜੂ ਨਾਲ ਆ। ਅੱਛਾ, ਪੂਰਾ ਬਾਂਬੀ ਲੱਗਾ। ਵੇਖੋ ਆਹ, ਦੇਖੋ ਸੋਹਣੀ ਮੱਝ ਆ ਜੀ। ਦੇਖੋ ਡੇਰੀ ਮਸੂ ਮੱਝ ਬਹੁਤ ਚੰਗੀ ਆ, ਲੇਵਲ ਬੜਾ ਖੁੱਲਾ ਸੋਹਣਾ ਲੇਵਾ। ਆਹ ਦੇਖੋ, ਆ ਜਾਓ। ਜ਼ਹਿਰ ਜੂਰ ਵਧੀਆ ਪੈ ਗਈ ਜੀ? ਹਾਂ ਵਧੀਆ ਵੀਰ, ਤੇ ਗਰੰਟੀ ਹੋਊ ਪੂਰੀ। ਚਵਾ ਲਗਾ ਵੀਰ, ਮੈਂ ਚੋਗੇ ਹਿੱਲੂਗਾ। ਠੀਕ ਹੈ, ਲੈ ਚਲੋ, ਉੱਥੇ ਲੈ ਚਲੋ। ਬਸ ਠੀਕ ਹੈ। ਹਾਂਜੀ, ਮੁੱਲ ਵੀਰ ਮੈਂ ਤਾਂ ਦੇਣ ਲੈਣ ਵਾਲੀ ਗੱਲ 72,000 ਦੀ ਮੈਂ 72,000 ਦੇ 72,000 ਚਲੋ ਛੋੜ ਕਰ ਦੇ ਕਰ ਦਾਂਗੇ। ਚਲੋ, ਇਹ ਜੀ ਇਹ ਮੈਂ ਵੀਰ ਆ ਬੱਚਾ ਆ। ਅੱਛਾ ਜੀ, ਲਾੜੋ ਤਾਂ ਨਾ ਮਹੀਨੇ ਲਾੜੋ ਕੱਟਿਆ ਜੀ? ਕੱਟੀ 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 ਮਗਰਾ, ਕੱਟੀ ਮਗਰਾ। ਦੁੱਧ ਕਿੰਨਾ ਭਾਜੀ? ਦੁੱਧ ਵੀਰ ਜੀ ਸਹੀ ਹੋਊਗਾ, 7 ਕਿਲੋ ਪਾਲੀ ਮੈਂ ਆਪਣੇ ਕੋ ਆਈ ਹੈ, ਚਵਾ ਦੂ ਬੜਾ ਚਾਹੀਦਾ। 7 ਕਿਲੋ ਦੁੱਧ ਆ ਜੀ। ਆ ਦੇਖੋ, ਦੇਖ ਲਓ ਇਹ ਵੀ ਚੈੱਕ ਕਰ ਲਓ। ਆ ਜਾਓ, ਬਸ ਲੈ ਚਲੋ, ਕੱਟੀ ਮਗਰ ਆ ਗਈ ਨਾ। ਚਲੋ, ਇਹ ਵੀ ਫਾਇਦਾ ਹੀ ਹੈ ਪੂਰਾ ਜੀ, ਅਗਾਂਹ ਪਲ ਪੁਲ ਜਾਊ ਯਾਰੀ। ਅਤੇ ਭਾਅ ਜੀ ਫਿਰ ਇਹਦੀ ਕੀਮਤ? ਕੀਮਤ ਵੀਰ ਇਹਦੀ ਨਿੱਗੀ ਜੀ, ਬਿਲਕੁਲ ਜਾਇਜ਼। ਹਾਂਜੀ, ਇਹ 42,000 ਦੀ ਮਿਲ ਜੀ। 42,000 ਦੀ? ਠੀਕ ਹੈ ਜੀ। ਇਹ ਜੀ ਇਹ ਗਾਂ ਵੀਰ ਇਹਦਾ ਤੋਕੜੀ ਆ। ਹਾਂਜੀ, ਦੁੱਧ ਗਾਂ ਕੋ ਹੋਊਗਾ 10 ਕਿਲੋ, 9 ਕਰਕੇ ਦੇਵਾਂਗੇ। ਹਾਂਜੀ, 10 ਕਿਲੋ ਦੁੱਧ ਹੋਊਗਾ, 9 ਕਰਕੇ ਦੇਵਾਂਗੇ। 9 ਕਰਕੇ, ਬਸ ਠੀਕ ਆ। ਬੜੀ ਭਲੀ ਬੁਲੀ ਹੈ ਜੀ। ਹਾਂਜੀ, ਗਾਂ ਵੀਰ ਚੰਗੀ ਆ। ਗੱਬਣ ਹੈ ਨਹੀਂ ਜੀ? ਨਹੀਂ, ਗੱਬਣ ਚੰਗੀ। ਇੱਕ ਮਿੰਟ ਰੁਕੋ ਮਣਾ। ਆ ਦੇਖੋ ਜੀ, ਗਾਂ ਵੀਰ ਗਾਂ ਵੈੜ ਤਿਆਰ ਕਰਨ ਵਾਲੀ ਆ। ਵੱਡੀ ਵੈੜ ਹੀ ਨਾਲ ਨੂੰ ਚਵਾ, ਬਹੁਤ ਚੰਗਾ ਲੱਗਾ। ਠੀਕ ਆ, ਦੁੱਧ 10 ਕਿਲੋ ਹੋਊਗਾ ਵੀਰ, ਕਿਲੋ ਘੱਟ ਹੀ ਦੱਸਾਂਗੇ। ਬਸ ਠੀਕ ਹੈ ਜੀ, ਆ ਜਾਓ। ਖਾਣ ਤੋਂ ਸੈੱਟ ਆ ਜੀ? ਬਿਲਕੁਲ ਬਿਲਕੁਲ, ਓਕੇ ਵੀਰ। ਬਸ ਠੀਕ ਆ। ਹਾਂਜੀ, ਬਿਲਕੁਲ ਜਾਇਜ਼ ਜੀ। 16,000 ਦੀ? ਚਲੋ, ਬਸ ਠੀਕ ਆ, ਬਿਲਕੁਲ ਜਾਇਜ਼। ਚਲੋ, ਛੱਡ ਦੇ 1,000 ਰੁਪਇਆ, ਛੱਡਦਾ ਜਾਇਜ਼ ਜਾਇਜ਼। ਵੱਡੀ ਵੱਡੀ ਵੈੜ ਆ ਪੂਰੀ। ਦੇਖੋ ਜੀ, ਆਹ ਪਸ਼ੂ ਤਿੰਨ ਵੀਰਾਂ ਕੋਲ ਚੈੱਕ ਕਰਕੇ ਲੈ ਕੇ ਜਾਏ ਜੀ, ਚੁਆਈ ਕਰਕੇ ਪੂਰੇ ਚਲੋ ਸੂਈ ਸਵਾਏ ਆ, ਆਹਦੀ ਪੂਰੀ ਤਸੱਲੀ ਲੈ ਕੇ ਨਹੀਂ ਭਾਈ ਜੀ? ਬਿਲਕੁਲ ਵੀਰ ਜੀ, ਚੋ ਕੇ ਹਾਂਜੀ ਹਾਂਜੀ, ਆਪਣੀ ਚੁਆਈ ਕਰਕੇ ਤਸੱਲੀ ਕਰਕੇ ਫਿਰ। ਨੰਬਰ 73,40,95,57,57। ਹਾਂਜੀ, ਨਾਮ ਆਣਾ ਪਿੰਡ ਭੂਮਾ। ਸਤਿ ਸ਼੍ਰੀ ਅਕਾਲ।